ਘੋੜੀ ਸੂਮਨ ਵਾਲੀ ਜੇ ਪਰ ਹੈਗੀ ਅੰਨੀ ਹੈ ਅਤੇ ਜ਼ਰਾ ਇਹ ਵੇਖ ਕੇ ਮੰਡੀ ਦੇ ਵਿੱਚ ਕਿਧਰੇ ਅੰਨੀ ਨੂੰ ਉੱਨੀ ਨਾ ਚੁਕਾ ਦੇਣ ਅਤੇ ਅੱਖਾਂ ਉੱਖਾਂ ਵੀ ਵੇਖ ਲਿਆ ਕਰੋ। ਇਹ ਹੁਣ ਪਹਿਲੀ ਘੋੜੀ ਆਈ ਹੈ ਜਿਹੜੀ ਅੰਨੀ ਜੇ ਜਨਾਬ ਮਗਰ ਹੈਗੀ ਸੂਮਨ ਵਾਲੀ ਅਤੇ ਲਓ ਜੀ ਇਹਦੀ ਇਹਦੀ ਵੀ ਰੇਟ ਸ਼ੇਟ ਪੁੱਛਦੇ ਹਾਂ। ਕਹਿੰਦਾ ਰੇਟ ਸ਼ੇਟ ਕਿਆ ਖਾਨ ਭਾਈ ਇਸਕਾ ਕਿਤਨਾ ਰੇਟ ਹੈ ਸੂਨੇ ਵਾਲੀ ਹੈ? ਔਰ ਇਹ ਬਛੇਰੇ ਕਾ ਔਰ ਇਹ ਬਛੇਰੇ ਕਾ ਉਹ ਛੱਡਦੇ ਜਾਨ ਹੁਣ ਉਹਦੀ ਚਾਲੀ ਹਜ਼ਾਰ ਕਾ ਚਾਲੀ ਹਜ਼ਾਰ ਦਾ ਲੈਣਾ ਜੀ ਹਾਂ। ਹੋਰ ਹੋਰ ਉਹ ਸੂਨ ਵਾਲੀ ਲੈ ਲਓ 60,000 ਦੀ। ਇਹ ਤਾਂ ਹੁਣ ਉਹ ਦਾਈ ਦੱਸੇ ਕਿ ਵੀ ਕਿੰਨਾ ਮੇਰਾ ਮੈਨੂੰ ਕੀ ਪਤਾ ਮੇਰਾ ਨਹੀਂ ਹੈਗਾ ਉਹ ਬੈਠੇ ਪਤਾ 40,000 ਰੁਪਏ ਦਾ ਜੀ ਬਛੇਰਾ। ਕੋਈ ਕੁਛ ਨਹੀਂ ਹੁੰਦਾ ਮੈਂ ਕਿਹੜਾ ਉਹਦੀਆਂ ਰਗਾਂ ਫੜੀ ਖਾਣਾ ਲਓ ਜੀ ਇਹ 40,000 ਰੁਪਏ ਦਾ ਜੀ ਅਤੇ ਉਹ ਬਛੇਰਾ ਜਿਹੜਾ ਹੈਗਾ ਉਹ 40,000 ਰੁਪਏ ਦਾ ਦਿੰਦਾ ਪਿਆ ਅੱਛਾ ਜੇ ਕਰ 30,000 ਰੁਪਏ ਦਾ ਦੇ ਦੇਵੇ ਨਾ ਅਤੇ ਉਹ ਵੀ ਬਛੇਰਾ ਅੱਛਾ ਇਹਦੇ ਨਾਲ ਉਹ ਬਛੇਰਾ ਚੰਗਾ ਹੈਗਾ ਅਤੇ ਲਓ ਜਨਾਬ ਇਹ ਜਿਹੜਾ ਹੈਗਾ ਇਹਦਾ 50,000 ਰੁਪਇਆ ਅਤੇ ਇਹ ਪਠਾਨ ਜਿਹੜਾ ਹੈਗਾ ਨਾ ਉਹ ਸੌਦਾ ਕਰ ਰਿਹਾ ਜੇ ਹੁੰਦਾ ਹੈਗਾ ਜੇ ਦੋਵੇਂ ਅਤੇ ਲਓ ਜਨਾਬ ਇਹ ਦੇਖੋ ਮਾਸ਼ਾ ਅੱਲਾ ਟੋਰੇ ਬਾਜ਼ ਘੋੜੀਆਂ ਨੇ ਜਨਾਬ ਹੈਗੀਆਂ ਥੋੜ੍ਹੀਆਂ ਜਿਹੀਆਂ ਮਾਠੀਆਂ ਨੇ ਪਰ ਟੋਰੇ ਬਾਜ਼ ਹੈਗੀਆਂ ਕਿਉਂਕਿ ਇੱਥੇ ਰੋਜ਼ੀ ਵਾਲੇ ਵੀ ਜਾਨਵਰ ਆ ਜਾਂਦੇ ਨੇ ਕੋਈ ਹੁੰਦਾ ਕੋਈ ਬਰਫ਼ ਵਾਲਾ ਕੰਮ ਕਰਨਾ ਚਾਹੁੰਦਾ ਜਾਂ ਕੋਈ ਹੋਰ ਕੋਈ ਕੰਮ ਕਰਨਾ ਚਾਹੁੰਦਾ ਜਾਂ ਕੋਈ ਮੰਡੀ ਮੁੰਡੀ ਦੇ ਵਿੱਚ ਵੀ ਕੰਮ ਕਰਨਾ ਚਾਹ ਰਿਹਾ ਅਤੇ ਉਹ ਜਨਾਬ ਉਹਨਾਂ ਨੂੰ ਇੱਥੋਂ ਸਸਤੀਆਂ ਰੋਜ਼ੀ ਵਾਸਤੇ ਵੀ ਘੋੜੀਆਂ ਮਿਲ ਜਾਣੀਆਂ ਨੇ। ਇਹ ਦੇਖੋ ਇਹ ਵੀ ਘੋੜੀ ਜਿਹੜੀ ਹੈਗੀ ਹੈ ਸਸਤੀ ਹੈ ਟੋਏ ਬਾਅਦ ਘੋੜੀ ਅਤੇ ਇਹ ਜਿਹੜੇ ਡੰਗਰ ਖਲੋਤੇ ਨੇ ਮੈਂ ਤੁਹਾਨੂੰ ਵਿਖਾ ਨਾ ਇਹ ਸਾਰੇ ਡੰਗਰ ਇਹ ਪਠਾਣਾ ਦੇ ਡੰਗਰ ਹੈਗੇ ਨੇ ਰੋਜ਼ੀ ਵਾਲੇ ਅਤੇ ਇਹ ਦੇਖੋ ਇਹ ਜਿੰਨੇ ਜਾਨਵਰ ਲੈ ਕੇ ਆਏ ਜੀ ਸਾਰੇ ਜਾਨਵਰ ਜਿਹੜੇ ਇਹ ਸਾਰੇ ਜਾਨਵਰ ਜਿਹੜੇ ਹੈਗੇ ਜੀ ਇਹ ਸਾਵਾ ਘੋੜਾ ਇਹ ਸਾਰੇ ਰੇੜਿਆਂ ਦੇ ਜਾਨਵਰ ਹੈਗੇ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਕਿੰਨੇ ਪੈਸੇ ਜਿੰਦੇ ਤੁਹਾਡਾ ਹੈ? ਅੱਛਾ ਮੌਲਵੀ ਸਾਹਿਬ ਦਾ ਜੀ ਮੌਲਵੀ ਸਾਹਿਬ ਸੌਦਾ ਸੁਦਾ ਕਰ ਰਿਹਾ ਜੀ ਅਸੀਂ ਤੁਹਾਨੂੰ ਸੌਦਾ ਸੁਦਾ ਵਿਖਾ ਰਹੇ ਹਾਂ। ਕਿਹੜੇ ਕਿਹੜੇ ਕੀ ਪਸੰਦ ਆਇਆ ਜੀ? ਉਹ ਬਛੇਰਾ ਵਾਰੇ ਆਏ ਦਾ ਸੌਦਾ ਕਰੋ ਜੀ ਖਾਨ ਭਾਈ ਇਸਕਾ ਕਿਤਨੇ ਪੈਸੇ? ਮਾੜਾ ਬੰਦਾ ਮੇਰੀ ਬੁਣ ਮਾਰ ਲੈ ਲੈ ਮਾਰਨਾ ਹੋਰ ਕੀ ਕਰਦੇ ਕੀ ਆਖਿਆ ਜੀ ਉਹ ਬਛੇਰੇ ਦਾ 50 ਮੰਗਿਆ ਦਾ 35 ਦਿੰਦਾ ਇੰਜੀ ਗੱਲ ਹੈ ਮੈਂ ਕਿਹਾ ਯਾਰ ਸੋਦੇ ਮੋਦੇ ਨੂੰ ਛੱਡੋ 40,000 ਦਾ ਬਛੇਰਾ ਕੋਈ ਗੱਲ ਨਹੀਂ ਉਹ 37,000 ਮਾਰੇ ਆਖਿਆ ਵੱਲਾ ਕੋਲ ਮੰਗ ਮੇਰੇ ਕੋਲ ਕੀ ਮੰਗਣਾ ਮੈਂ ਤੇ ਜਿੰਨੀ ਤੁਹਾਡੀ ਮਾਰਾ ਨੂੰ ਦੀ ਉਹਨੇ ਆਖਿਆ ਆਖਿਆ ਕੀ ਆ ਉਹ ਸਹੀ ਕਹਿੰਦਾ ਪਿਆ ਉਹ ਸਹੀ ਕਹਿੰਦਾ ਪਿਆ ਜੀ ਤੁਸੀਂ ਆਪਣੇ ਵਾਰੀ ਤੇ ਲੈ ਲਓ ਤੁਹਾਡਾ ਆਉਂਦਾ ਤਾਂ ਠੀਕ ਹੈ ਹੁਣ ਪੱਲੋਂ ਤਾਂ ਨਹੀਂ ਨਾ ਪਾਉਣਾ ਉਹਨੇ ਸਰਕਾਰ ਦਿੱਤੇ ਨੇ ਪੈਸੇ
लो जी वो जरा बछेरा खड़ोता जो ना उत्ते मोटरसाइकिल दे कोले इदा मंगदा जी 40,000 रुपए का बछेरा जी। खान भाई इन्हें किन्ने पैसे ने? 60,000 रुपए। लो जी इसका 60,000 रुपया जी। तो माशाला है वेखो सौदा शुदा हो रहा जी, लाइव सौदा होंदा पिया जी जनाब। तो मंडी का जनाब इधर करो, मंडी कुजां दा ਇਹਦੀ ਮੰਗੋ ਆ ਰਹੀ ਤੇਰੇ ਕੋਲ 2,000 ਮੇਰੀ ਕੋਲ ਤੂੰ ਮੈਨੂੰ 35 ਕਿਉਂ ਕਹਿੰਦਾ ਮੈਂ ਅਲੇ ਤੁਹਾਡੇ ਕੋਲ 2,000 ਰੁਪਏ ਮੈਂ ਹੋਰ 1,000 ਵਾਪਸ ਦੇਣਾ ਤੁਹਾਡੇ ਕੋਲ 2,000 ਤੋਂ ਇਲਾਵਾ ਪੈਸੇ ਨਿਕਲੇ ਤੁਹਾਡੇ ਕੋਲ 50 ਲੈਣਾ ਨਹੀਂ ਇਹ ਤੇ ਇਹਦੇ ਵਿੱਚ ਵੀ 2 ਰੱਖ ਬੇਈਮਾਨੋ ਲੱਖ ਲਾਨਤ ਹੈ ਤੁਹਾਡੀ ਜਵਾਨੀ ਦੇ, ਮਰ ਜੋ ਡੁੱਬ ਕੇ। लो जी जरा इत खान ने कौन ही दिता जे ए 33,000 का वह दिता सी उतला बछेरा। तो यह बछेरा जे खान को खान को खान साहब अपना नंबर तो बताना था यार, फिर रात 12 बजे भी लोग तंग कर दे। चलो ना नंबर दस, ना दस। अच्छा मेरी गल सुनो, उनके पैसे फाइनल किन्ने मंगे जे? ओदा फाइनल 40,000 मंगे। अच्छा ठीक है, ते ओ लाल भी तेरी है जी? लाल उनके किन्ने पैसे? ओदा 90,000। 90 ते उरली दे? उरली दा 1,20,000। बस ठीक हो, मैंने रसा भी बड़ा बड़ा पाया ते उल्टा ला भी। लो जी 1,20,000 रुपया जे इंदा, ते नंबर जनाब कोनी दित्ता इंदा 90,000 रुपया जे। तो वह जरा बछेरा उत्ते खड़ा जे इंदा 40,000 रुपया जे इस बछेरे। भाजी वीडियो अच्छी लगी हो तो लाइक एंड शेयर जरूर कीजिएगा। इजाजत चाहते जी, अल्लाह हाफिज़।